محمد واجل فرض آل محمد، عبادت کرو صلوات باواز بلند پڑھو. جتنے مومنین ایڈے بیٹھنے میں ہک ہی قدم اگاں ونجو تاکہ مجلس دا ماحول بن ونجے. نیاز امام حسین ایویں ہک ہی قدم سامنے آ ونجو. چھواں تاجدار ولایت فرمیندا پئے کیوں شک زریز کی کمی نہیں آ سکتی جڑا ساری ذات تے بلند آواز نال سلوات پڑھتا ہے. کوشش کرو باواز بلند سلوات. مجلس ادا کی قبولیت کی خاطر بھی ایک سلوات سر مل کے پڑھ گئے نا. دعائیں مالک اللہ تھوڑا سارے مقدس دربار تے ٹرے منظور تم قبول فرما میں. بانیان دے پر خلوص اعتمام لنگر نیاز بادشاہ حسین دے صدقے اللہ اپنی مرگاہ قبول فرما میں. بالخصوص میرے بھائی پیر قمر عباس شاہ بے ظفر عباس مالک اللہ انہاں دے بچن دے زندگی دراز فرما. مالک اللہ انہاں وسیع رزق حلال عطا فرما، رزق حرام تو محفوظ فرما. مالک اللہ جو مومنین بیمار ان بادشاہ سجاد رکھن صدقہ سیت کامل عادل عطا فرما. جو مومنین میں اولاد ان باب الحوید علی اسکر دی پاک امند صدقہ حیاتی علی پتر عطا فرما. پر فتن زمانے پر شعب دورے مالک اللہ ان دور دے وچ جتنے عزادار جتنے مومن سکھ دن مالک اللہ ہر مومن نو کربلا تے شام دا زوار بنا. ای پر اشعب دورے ای پر فتن زمانے دے وچ مالک اللہ سلکاں دی دعا سارے اگے کے بارے دزور جل فرما. میرے بعد میرے عزت لے بھائی ممبر تے تشریف فرمائی ان سلوات اک پڑھو باواز بلند پڑھو. بسم اللہ الرحمن الرحیم. الحمدللہ رب العالمین الصلاۃ والسلام علی اشراف الانبیاء والمرسلین صاحب تاج والمعراج سیدنا و شفیعنا ابی القاسم محمد صلوات والا خیہ و وزیر ہی و خلیفت ہی و ابن امی ہی امیر المؤمنین بلانتر صلوات والا سید جلیل مخدومۃ المقدسہ طاہرۃ المطہرہ عالمۃ الاملا صدیقۃ الکبریٰ المدفون سر والمقصوبة جاران سيدة سائل المين خبن کر کے سلوان اعلی پیاں حسین نمیر
ਮੇਰ ਦੇ ਜਲ ਬਰਛੇ ਬਲੋ ਵੀ ਅਲੀ ਦੀਆਂ ਦੀਆਂ ਰਾਜ ਤੇ ਦਿੱਤੀ ਅਕਬਰ ਹਕਾਲ ਪਿਦਰ ਤੇ ਹਕਲ ਨੇ ਯਕਦਮ ਬਲੋ ਵੀ ਮਾ ਹੁਸੈਨ ਅਸਾਰ ਕਿਤਾ ਮਜ਼ਲੂਮ ਦੀ ਪਾਕ ਨਜ਼ਰ ਲੱਖ ਦਫ਼ਾ ਪੜਦਰਾਵਾਂ ਲਈ ਦੀਆਂ ਦੀਆਂ ਰਾਜ਼ੀ ਹੋ ਗਈ ਤਈ ਤਮੈਂ ਪਿਆਲਾ ਵੱਡਾ ਵਿੱਚ ਮੈਦਾਨ ਦੇ ਹਕਲਾ ਮਾਰੇ ਤੇਰਾ ਕਾਥ ਮਜ਼ਲਾ ਮਜਗਰ ਤੇ ਕੋਈ ਹੋਵੇ ਹਾ ਕੋਈ ਹੋਵੇ ਹਾ ਜਿਹੜਾ ਘੇਨ ਵਨਿਆ ਹੱਥ ਨਾਪ ਕੇ ਲਾ ਸ਼ਕਬਰ ਬੱਲੋਵੇ ਅਲੀ ਦੀਆਂ ਦੀਆਂ ਥੋੜ੍ਹੇ ਤੇ ਰਾਜ਼ੀ ਹੋਵੇ ਮਾਲਿਕ ਅੱਲਾ ਅੱਜ ਦੇ ਦੀਨ ਦਾ ਸਦਕਾ ਤੁਹਾਡੇ ਇੱਕ ਹੀ ਕਦਮ ਇਬਾਦਤ ਸ਼ੁਮਾਰ ਫਰਮਾਵੇ ਮਸਾਹਿਬ ਦਾ ਦਿਨ ਨਹੀਂ ਮੇਰੇ ਬਾਅਦ ਮੇਰੀ ਇੱਜ਼ਤ ਅਲੇ ਭਾਈ ਮਿੰਬਰ ਤੇ ਤਸ਼ਰੀਫ ਫਰਮਾਉਣ ਅੱਜ ਦਾ ਦਿਨ ਕੋਈ 10 ਮੁਹਰਮ ਤੋਂ ਘੱਟ ਨਹੀਂ ਮਜਲਿਸ ਦੀ ਇਬਤਦਾ ਹੈ ਬਜ਼ੁਰਗ ਜ਼ਾਕਰ ਪੜ੍ਹਦੇ ਰਹਿੰਦੇ ਹਨ ਜਿਹੜਾ ਮਜਲਿਸ ਦੀ ਇਬਤਦਾ ਹੋਵੇ ਜਾਂ ਮਜ਼ਲੂਮ ਦੀ ਤਿਆਰੀ ਤੋਂ ਕਰੋ ਜਾਂ ਹੁਸੈਨ ਦੇ ਅਕਬਰ ਤੋਂ ਕਰੋ ਕਾਟਗੜ ਵਾਲੇ ਹੋ ਤੁਹਾਡੇ ਰੋਮਣ ਵਾਸਤੇ ਇਹੋ ਇੱਕੋ ਲਵ ਵੀ ਕਾਫੀ ਹੈ ਬਹੁਤ ਸੋਹਣਾ ਪੁੱਤਰਾ ਹੁਸੈਨ ਦਾ ਅਲੀ ਅਕਬਰ ਬਲੋ ਵਿਆਹ ਕਰਨ ਵਾਲੇ ਇਨਸ਼ਾਅੱਲਾ ਦੁਨੀਆਂ ਦੇ ਕਿਸੇ ਗਮ ਵਿੱਚ ਆਏ ਨਾ ਕਰੋ ਮੈਂ ਲੱਖ ਦਫ਼ਾ ਪੜ੍ਹਾ ਚਾਹ ਬਹੁਤ ਸੋਹਣਾ ਪੁੱਤਰਾ ਹੁਸੈਨ ਦਾ ਅਲੀ ਅਕਬਰ ਅੱਛਾ ਸੋਹਣੀ ਹੈ ਕਿਤੇ ਵੀ ਤਾਂ ਸੋਹਣੇ ਰੋਣੇ ਹੋ ਜੁਮਲਾ ਸਾਹਮਣੇ ਆ ਕੇ ਪੜ੍ਹਦਾ ਜ਼ਰੂਰ ਹਾਂ ਸਦਕ ਥੀ ਵਜਾਂ ਜਦੋਂ ਸ਼ਾਮ ਦੇ ਜ਼ਿੰਦਾਨ ਵਾਲੇ ਪਾਸੇ ਵਜਣ ਲੱਗੇ ਨਾ ਸ਼ਹਦਾ ਦੇ ਸਰ ਕਾਟਗੜਾ ਲਿਓ ਸਰ ਹਨ ਸਾਂਗਾਂ ਤੇ ਸਵਾਰ ਸ਼ਹੀਦ ਉਜ਼ੈਰ ਹਬੀਬ ਅਕਬਰ ਕਾਸਿਮ ਸ਼ਾਮ ਦੇ ਰਾਹ ਤੇ ਕਿਸਈਆਂ ਦਮਾਲਾਂ ਦੇ 24 ਈਸਾਈ ਔਰਤਾਂ ਸਰ ਦੇਖਣ ਵਾਸਤੇ ਪੀਰ ਕਮਰ ਸ਼ਾਹ ਜੀ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹੀਆਂ ਇਹ ਸਾਰੇ ਸ਼ਹਦਾ ਦੇ ਸਰ ਡੇਧੀਆਂ ਆਈਆਂ ਸ਼ਹੀਦ ਉਜ਼ੈਰ ਹਬੀਬ ਅਚਾਨਕ ਇਹਨਾਂ ਦੀ ਅਕਬਰ ਦੇ ਸਰ 'ਤੇ ਨਿਗਾਹ ਪਈਏ ਪਹਿਲਾਂ ਹੋਈ ਮੌਲਾ ਇੱਕ ਬੁੱਲ ਫਰਮਾਵੀ ਅਲੀ ਦੀਆਂ ਦੀਆਂ ਰਾਜ਼ੀ ਨਹੀਂ ਅਸਮਾਨ ਤੋਂ ਮੂੰਹ ਕਰਕੇ ਦੇਣੀ ਸਦ ਅੱਲਾ ਈਸਾਈ ਔਰਤਾਂ ਮਰੀਅਮ ਦਾ ਖੁਦਾ ਜਿਹੜੇ ਜਵਾਨ ਦਾ ਸਰ ਸੰਸਾਨ ਤੇ ਡੇਧੀਆਂ ਪਈਆਂ ਏ ਸ਼ਲਈ ਜਵਾਨ ਦੀ ਮਾਂ ਇਹਦੇ ਮਰਨ ਤੋਂ ਪਹਿਲੇ ਮਰ ਗਈ ਹੋਵੇ ਮੈਂ ਇੱਕ ਮੈਂਬਰ ਹੁਸੈਨ ਦੀ ਕਸਮ ਏ ਡੂ ਜੋੜ ਦੀ ਕਣ ਤੋਂ ਆਵੇ ਮਰ ਨਾ ਗਈ ਮੈਂ ਅਕਬਰ ਦੇ ਕਾਤਲਾਂ ਦੀ ਡੇਧੀਆਂ ਪਹਿਲਾਂ ਹੋਈ ਅਲੀ ਦੀਆਂ ਦੀਆਂ ਥੋੜ੍ਹੇ ਤਰ੍ਹਾਂ ਤੇਰਾ ਹੈ ਕਰਨੇ ਬੜੀ ਇਬਾਦਤ ਮਾਂ ਹੁਸੈਨ ਦੀ ਰਾਜ਼ੀ ਹੋਵੇ ਬਸ ਇਹੋ ਅਕਬਰ ਏ ਬਹੁ ਔਖੀ ਇਜਾਜ਼ਤ ਮਿਲੀ ਏ ਭਾਈ ਦੇ ਮੈਂਬਰ ਵਾਸਤੇ ਛੋੜ ਦਿੱਤਾ ਬਹੁ ਔਖਾ ਮੇਰੇ ਇਮਾਮ ਪੁੱਤਰ ਨੂੰ ਘੋੜੇ 'ਤੇ ਸਵਾਰ ਕੀਤਾ ਅਕਬਰ ਘੋੜਾ ਟੁਰਨ ਲੱਗਾ ਕਾਫੀ ਵਿਦੇ ਮੈਂ ਛੋੜ ਦਿੱਤੇ ਲੇਕਿਨ ਦੋ ਵਿਦੇ ਮੈਂ ਜ਼ਰੂਰ ਪੜਸਾਂ ਅਕਬਰ ਘੋੜਾ ਟੁਰਨ ਲੱਗਿਆ ਜਾਂ ਟੁਰਦੋ ਅਕਬਰ ਦਾ ਘੋੜਾ ਰੁਕੀਏ ਇਹ ਬਿਲਖਸੂਸ ਉਹਨਾਂ ਵਾਸਤੇ ਪੜ੍ਹਦਾ ਪਿਆ ਜਿਹੜੇ ਛੋਟੀਆਂ ਭੈਣਾਂ ਦੇ ਬਿਰਾਹ ਬੈਠੇ ਹੋ ਅਕਬਰ ਦੀ ਆਵਾਜ਼ ਏ ਗਰਮੀ ਦੀ ਆਦ ਪਿਆਸ ਲੱਗੀਆਂ ਜੀ ਜਾਂ ਥੱਕ ਪਈਏ ਬੇਜ਼ਬਾਨ ਆਪਣੀ ਜ਼ਬਾਨ ਜਦ ਹੁਸੈਨ ਦਾ ਪੁੱਤਰ ਨਾ ਭੁੱਖੇ ਨਾ ਪਿਆਸ ਹੈ ਮਜਬੂਰੀ ਹੈ ਇੱਕ ਦਫ਼ਾ ਮੇਰੇ ਪੈਰਾਂ ਵਾਲੇ ਪਾਸੇ ਤਾਂ ਦੇ ਬੱਲਾ ਹੋਈ ਓਲਾ ਹੈ ਕਬੂਲ ਫਰਮਾਵੀ ਅਲੀ ਦੀਆਂ ਦੀਆਂ ਰਾਜ਼ੀਆਂ ਨਹੀਂ ਅਕਬਰ ਨਿਗਾਹ ਕਰੇ 4 ਸਾਲਾਂ ਦੀ ਭੈਣ ਘੋੜੇ ਦੇ ਪੈਰ ਨੱਪੀ ਬੈਠੀਏ ਤਿਵੇਂ ਤਲੀਆਂ ਟੇਕ ਉੱਠਦੀ ਹੈ ਜਾਂ ਹੱਥ ਬੰਨ ਕੇ ਆਦੀ ਅਕਬਰ ਹਰ ਬੀਬੀ ਤੇਰਾ ਮੂੰਹ ਚ ਮੈਂ ਮੇਰਾ ਕੱਦ ਛੋਟਾ ਹੈ ਮਿੰਨਤ ਲਾ ਰਕਾਬਾਂ ਚੋਂ ਫੇਰ ਬਾਹਰ ਕੱਢ ਮੈਂ ਤੇਰੀਆਂ ਤਲੀਆਂ ਚੁੰਮਦੀ ਹਾਂ ਮੇਰੇ ਨਾਨੇ ਦੀਆਂ ਸ਼ਕਲਾਂ ਲਵੀ ਅੱਲਾ ਮਾਂ ਬੱਲਾ ਹੋਈ ਬਈ ਮਾਂ ਹੁਸੈਨ ਦੀ ਰਾਜ਼ੀ ਹੋਈ
بس ہوں اکبر دا گھوڑا لکھ دفعہ گھوڑا کائنات پار کر گیا. یہ جملہ بالخصوص سننا.